ਹੈਲੋ ਜੀ ਸਾਰਿਆਂ ਨੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ। ਅਤੇ ਤੁਸੀਂ ਵੀ ਸਾਰੇ ਸੋਚਦੇ ਹੋਣੇ ਕਿੱਧਰ ਨਿਕਲ ਜਾਂਦਾ ਇਹ ਹਫ਼ਤਾ 10 ਦਿਨ ਦਿਖਦਾ ਨਹੀਂ ਹੈਗਾ, ਬਟ ਕੀ ਕਰੀਏ, ਲਾਈਫ ਬਹੁਤ ਬਿਜ਼ੀ ਹੈ ਇੱਥੇ ਫੋਰਨ ਦੇ ਵਿੱਚ, ਕਈ ਵਾਰ ਟਾਈਮ ਨਹੀਂ ਮਿਲਦਾ ਕੰਮ ਕਾਰਾਂ ਤੋਂ, ਹੋਰ ਘਰ ਦੇ ਇੱਕ ਬਹੁਤ ਕੰਮ ਹੁੰਦੇ ਆ, ਨਹੀਂ ਟਾਈਮ ਮਿਲ ਪਾਉਂਦਾ ਵਲੋਗ ਬਣਾਉਣ ਦਾ, ਬਟ ਮੈਂ ਕੋਸ਼ਿਸ਼ ਕਰਦਾ ਰੈਗੂਲਰ ਵਲੋਗ ਕਰਨ ਦੀ। ਅਤੇ ਅੱਜ ਦਾ ਵਲੋਗ ਕੋਈ ਇਨਫੋਰਮੇਟਿਵ ਵਲੋਗ ਨਹੀਂ ਹੈਗਾ, ਬਟ ਤੁਹਾਨੂੰ ਸਿਟੀ ਘੁਮਾਵਾਂਗੇ ਜਿਹੜੀ ਸਿਟੀ ਦੇ ਵਿੱਚ ਮੈਂ ਰਹਿੰਦਾ, ਕੋਲਡਿੰਗ ਸਿਟੀ। ਤੁਹਾਨੂੰ ਸਿਟੀ ਦਿਖਾਵਾਂਗੇ ਕਿਵੇਂ ਆ ਸਿਟੀ ਜਿਹੜੀ ਸਿਟੀ ਦੇ ਵਿੱਚ ਮੈਂ ਰਹਿੰਦਾ। ਵਲੋਗ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਲਓ, ਤਾਂ ਕਿ ਹੋਰ ਤੁਹਾਡੇ ਲਈ ਇਨਫੋਰਮੇਟਿਵ ਅਤੇ ਮਜ਼ੇਦਾਰ ਵਲੋਗਸ ਬਣਾਈਏ। ਅਤੇ ਚੱਲੀਏ ਫਿਰ ਘੁਮਾਈਏ ਤੁਹਾਨੂੰ ਸਿਟੀ, ਆ ਜਾਓ। ਇਹ ਹੈ ਮੇਰੀ ਸਿਟੀ ਕੋਲਡਿੰਗ ਜਿੱਥੇ ਮੈਂ ਰਹਿੰਦਾ, ਅਤੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਟ੍ਰੇਨ ਸਟੇਸ਼ਨ ਹੈ, ਅਤੇ ਇੱਥੇ ਮੈਂ ਜਦੋਂ ਆਇਆ ਸੀ ਇੰਡੀਆ ਤੋਂ ਤਾਂ ਟ੍ਰੇਨ ਫੜ ਕੇ ਕੋਪਨੇਗਨ ਤੋਂ ਇੱਥੇ ਹੀ ਉਤਰਿਆ ਸੀਗਾ, ਅਤੇ ਇੱਥੋਂ ਫਿਰ ਆਪਾਂ ਗਏ, ਕਾਫੀ ਥੱਕਿਆ ਹੋਇਆ ਸੀ, ਘਰ ਗਿਆ ਸੀਗਾ। ਅਤੇ ਰੂਮ ਮੇਰਾ ਪਹਿਲਾਂ ਸੀਗਾ, ਮੇਰਾ ਰੂਮਮੇਟ ਮੈਨੂੰ ਇੱਥੋਂ ਲੈ ਗਿਆ ਸੀਗਾ। ਕਾਫੀ ਛੋਟੀ ਸਿਟੀ ਹੈ, 78,000 ਦੀ ਪਾਪੂਲੇਸ਼ਨ ਹੈ ਇੱਥੇ, ਬਟ ਕਾਫੀ ਸੋਹਣੀ ਹੈ ਇੱਥੇ, ਕਾਫੀ ਪੀਸਫੁੱਲ ਹੈ, ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ, ਜ਼ਿਆਦਾ ਲੋਕ ਨਹੀਂ ਹੈਗੇ, ਕਾਫੀ ਪੀਸਫੁੱਲ ਸਿਟੀ ਹੈ। ਇਹ ਹੈ ਕੋਲਡਿੰਗ ਸਿਟੀ ਦਾ ਸੈਂਟਰਮ, ਬਿਲਕੁਲ ਸੈਂਟਰਲ ਲੋਕੇਸ਼ਨ ਹੈ ਕੋਲਡਿੰਗ ਦੀ, ਵਾਕਿੰਗ ਸਿਟੀ ਕਹਿ ਸਕਦੇ ਹੋ ਤੁਸੀਂ ਇੱਥੇ, ਕਿਉਂਕਿ ਇੱਥੇ ਸਾਰਾ ਹੀ ਮਾਰਕੀਟ ਵਗੈਰਾ ਜੋ ਵੀ ਕੋਲਡਿੰਗ ਸਿਟੀ ਦੇ ਲੋਕ ਹੈ ਇੱਥੇ ਘੁੰਮਣ ਫਿਰਨ ਇੱਥੇ ਹੀ ਆਉਂਦੇ ਆ, ਜਾਂ ਬਾਜ਼ਾਰ ਹੈ ਇੱਥੇ ਪ੍ਰੋਪਰ, ਜਿਵੇਂ ਆਪਣੀ ਸਿਟੀ ਦੇ ਵਿੱਚ ਵੱਡਾ ਬਾਜ਼ਾਰ ਹੁੰਦਾ ਤਾਂ ਲੋਕ ਚੀਜ਼ਾਂ ਖਰੀਦਣ ਜਾਂ ਘੁੰਮਣ ਫਿਰਨ ਉਸ ਬਾਜ਼ਾਰ ਦੇ ਵਿੱਚ ਜਾਂਦੇ ਆ, ਇਹ ਕੋਲਡਿੰਗ ਦਾ ਸੈਂਟਰ ਹੈ, ਲੋਕ ਇੱਥੇ ਹੀ ਆਉਂਦੇ ਆ ਜਾਂ ਪ੍ਰੋਪਰ ਸ਼ੋਪਿੰਗ ਵਗੈਰਾ ਕਰਨ ਜਾਂ ਖਾਣਾ ਪੀਣਾ ਖਾਣ, ਰੈਸਟੋਰੈਂਟ ਜਾਂ ਪੱਬ ਬਾਰ ਸਾਰੇ ਇੱਥੇ ਹੀ ਹੈ। ਫਿਲਹਾਲ ਇਹ ਸਟਰੀਟ ਕਾਫੀ ਤੁਹਾਨੂੰ ਕੁਆਇਟ ਲੱਗ ਰਹੀ ਹੈ, ਬਟ ਵੀਕਐਂਡ ਦੇ ਇੱਥੇ ਪੂਰਾ ਰਸ਼ ਹੁੰਦਾ। ਇਹ ਹੈਗਾ ਜੈਨਬੁਰਗ ਦਾ ਸਟੋਰ, ਤੁਹਾਨੂੰ ਲਾਸਟ ਵੀਡੀਓ 'ਚ ਦੱਸਿਆ ਸੀ ਕਿ ਤੁਹਾਨੂੰ ਸਸਤਾ ਸਮਾਨ ਜੈਨਬੁਰਗ ਤੋਂ ਮਿਲ ਜਾਂਦਾ, ਅਤੇ ਸੈਕਿੰਡ ਹੈਂਡ ਕੱਪੜੇ ਸਮਾਨ ਕੋਈ ਵੀ ਬੜਾ ਸਸਤੇ ਰੇਟ 'ਤੇ ਮਿਲ ਜਾਂਦਾ। ਇਹ ਇੱਥੇ ਹੈਗਾ ਇੱਥੇ ਕਲੱਬ, ਓਲਡ ਆਇਸ਼ ਪੱਬ, ਸਾਰੀ ਕਲੱਬ ਪੱਬ ਇੱਥੇ ਹੀ ਨੇ, ਇਸੀ ਲਾਈਨ ਦੇ ਵਿੱਚ ਨੇ ਸਾਰੇ। ਬਹੁਤ ਹੀ ਸ਼ਾਂਤ ਸਿਟੀ ਹੈ ਇਹ, ਇੱਥੇ ਜ਼ਿਆਦਾ ਲੋਕ ਨਹੀਂ ਹੈਗੇ, ਬਟ ਜਿਹਨੂੰ ਪੀਸਫੁੱਲ ਏਰੀਆ ਪਸੰਦ ਹੈ ਉਹਨਾਂ ਲਈ ਕਾਫੀ ਵਧੀਆ ਏਰੀਆ ਹੈ। ਸਰਾਊਂਡਿੰਗ ਕਾਫੀ ਵਧੀਆ ਲੋਕੇਸ਼ਨ ਹੈ ਘੁੰਮਣ ਫਿਰਨ ਵਾਲੀਆਂ, ਤੁਹਾਨੂੰ ਘੁੰਮਾਉਂਦੇ ਹਾਂ। ਕਿਲ੍ਹਾ ਇੱਕ, ਅਤੇ ਨਾਲ ਇੱਕ ਲੇਕ ਹੈ ਬੜੀ ਸੋਹਣੀ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਅਤੇ ਤੁਹਾਨੂੰ ਇੱਕ ਚਰਚ ਵੀ ਦਿਖਾਉਂਦੇ ਹਾਂ, ਇੱਥੇ ਕਾਫੀ ਪੁਰਾਣੀ ਚਰਚ ਹੈ ਨਿਕੋਲਾਈ ਚਰਚ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਇਹ ਹੈਗਾ ਫੋਰਟੈਕਸ, ਗਰੋਸਰੀ ਸਟੋਰ ਹੈ, ਇੱਥੇ ਗਰੋਸਰੀ ਵਗੈਰਾ ਲੈਣ ਤੁਸੀਂ ਆ ਸਕਦੇ ਹੋ। ਆਹ ਲੱਗੀਆਂ ਨੇ ਸ਼ੋਪਸ ਵਗੈਰਾ, ਇੱਥੇ ਸੇਲ ਵਗੈਰਾ ਲੱਗੀ ਹੋਈ ਹੈ। ਟੀ ਸ਼ਰਟ ਦੀ ਸੇਲ ਲੱਗੀ ਹੋਈ ਹੈ, ਇੱਕ 400 ਦੀ ਹੈ ਅਤੇ 2 700 ਦੀ। ਕੱਪੜਿਆਂ ਦੀ ਸੇਲ ਵਗੈਰਾ ਲੱਗੀ ਹੋਈ ਹੈ ਇੱਥੇ, ਸੇਲ ਕਰ ਰਹੀ ਹੈ ਭਰਾਵਾ, ਅਗਰ ਤੁਸੀਂ ਇਸਨੂੰ ਕਨਵਰਟ ਕਰਾਉਂਗੇ ਇੰਡੀਅਨ ਰੁਪੀਸ ਦੇ ਵਿੱਚ ਤਾਂ 3-4 ਹਜ਼ਾਰ ਦੇ ਪੈਂਟਾਂ ਸ਼ਰਟਾਂ ਵਗੈਰਾ ਬਣ ਜਾਂਦੀਆਂ ਨੇ। ਅਤੇ ਇਸ ਲਈ ਜਿਹੜੇ ਵੀ ਨਵੇਂ ਸਟੂਡੈਂਟ ਆ ਇੰਡੀਆ ਤੋਂ ਇੱਥੇ ਆ ਰਹੇ ਆ, ਉਹਨਾਂ ਨੂੰ ਮੇਰੀ ਸਲਾਹ ਇਹੀ ਹੈ ਕਿ ਆਉਂਦੇ ਹੋਏ ਆਪਣੇ ਕੱਪੜੇ ਕੁੱਪੜੇ ਲੈ ਕੇ ਆਇਓ ਵਧੀਆ, ਕਿਉਂਕਿ ਇੱਥੇ ਕੱਪੜੇ ਵਗੈਰਾ ਕਾਫੀ ਮਹਿੰਗੇ ਆ ਇੱਥੇ। ਆਸਕੇ ਤੇ ਮਾਤਾ ਉਹ ਕਿਹੜੇ
ਆ ਜਿਹੜੇ ਤੁਸੀਂ ਮੇਰੇ ਪਿੱਛੇ ਬਿਲਡਿੰਗ ਦੇਖ ਰਹੇ ਹੋ ਇਹ ਟਾਊਨ ਹਾਲ ਹੈ, ਇਹ ਵੀ ਬਿਲਕੁਲ ਸੈਂਟਰ ਦੇ ਵਿੱਚ ਹੈ ਗੋਲਡਿੰਗ ਸਿਟੀ ਦੇ। 16ਵੀਂ ਸਦੀ ਵਿੱਚ ਬਣਾਇਆ ਗਿਆ ਸੀਗਾ, ਕਾਫੀ ਪੁਰਾਣੀ ਬਿਲਡਿੰਗ ਹੈ ਇਹ, ਬਟ ਉਸ ਤੋਂ ਬਾਅਦ ਇਸਨੂੰ ਕਾਫੀ ਵਾਰੀ ਰੀਬਿਲਟ ਕੀਤਾ ਗਿਆ ਅਤੇ 1921 ਦੇ ਵਿੱਚ ਇਸਨੂੰ ਗੋਲਡਿੰਗ ਮਿਊਨਸਿਪੈਲਿਟੀ ਨੇ ਆਪਣੇ ਅੰਡਰ ਲੈ ਲਿਆ ਸੀਗਾ। ਉਸ ਨੂੰ ਉਹਨਾਂ ਨੇ ਆਪਣੇ ਆਫਿਸ਼ੀਅਲ ਕੰਮ ਵਾਸਤੇ ਜਾਂ ਮੀਟਿੰਗਸ ਵਾਸਤੇ ਜਾਂ ਕੋਈ ਵੀ ਇਲੈਕਸ਼ਨ ਕੰਪੇਨ ਵਗੈਰਾ ਹੁੰਦੇ ਇੱਥੋਂ ਓਪਰੇਟ ਹੁੰਦੇ ਆ, ਉਹਦੇ ਵਾਸਤੇ ਇਹਨਾਂ ਨੂੰ ਯੂਜ਼ ਕਰਨਾ ਸਟਾਰਟ ਕਰਤਾ ਸੀਗਾ। ਬਟ 1921 ਤੋਂ ਪਹਿਲਾਂ ਇਸਨੂੰ ਜੇਲ੍ਹ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਸੀਗਾ, ਜੇਲ੍ਹ ਸੀਗੀ ਇਹ ਪਹਿਲਾਂ। ਕ੍ਰਿਸਮਿਸ ਦੇ ਦਿਨਾਂ ਦਾ ਇਹਦੇ ਵਿੱਚ ਇੱਥੇ ਕ੍ਰਿਸਮਿਸ ਟ੍ਰੀ ਲਗਾਇਆ ਜਾਂਦਾ ਇਹਦੇ ਬਿਲਕੁਲ ਸਾਹਮਣੇ, ਅਤੇ ਕਾਫੀ ਸੋਹਣਾ ਮਾਹੌਲ ਹੁੰਦਾ, ਲਾਈਟਾਂ ਵਗੈਰਾ ਲੱਗੀਆਂ ਹੁੰਦੀਆਂ, ਸਾਰੇ ਲੋਕ ਇੱਥੇ ਆਸ ਪਾਸ ਘੁੰਮ ਰਹੇ ਹੁੰਦੇ ਆ, ਕਾਫੀ ਵਧੀਆ ਮਾਹੌਲ ਹੁੰਦਾ ਉਸ ਟਾਈਮ। ਇਸ ਤੋਂ ਬਾਅਦ ਆ ਜਾਓ, ਤੁਹਾਨੂੰ ਘੁਮਾਉਂਦੇ ਹਾਂ ਚਰਚ, ਚਰਚ ਦਿਖਾਉਂਦੇ ਹਾਂ ਤੁਹਾਨੂੰ ਕਿਵੇਂ ਹੈ ਚਰਚ ਇੱਥੇ ਅੰਦਰੋਂ। ਮੈਂ ਵੀ ਵੈਸੇ ਅੰਦਰ ਚਰਚ ਦੇ ਅੰਦਰ ਕਦੇ ਗਿਆ ਨਹੀਂ, ਬਟ ਅੱਜ ਤੁਹਾਨੂੰ ਅੱਜ ਤੁਹਾਡੇ ਬਹਾਨੇ ਮੈਂ ਵੀ ਚਰਚ ਘੁੰਮ ਲੈਣਾ, ਦਿਖਾਉਣਾ ਤੁਹਾਨੂੰ ਚਰਚ ਆ ਜਾਓ। ਅਤੇ ਇਹ ਹੈ ਮੇਰੇ ਪਿੱਛੇ ਸੈਂਤ ਨਿਕੋਲਾਈ ਚਰਚ, ਇਹ ਕਾਫੀ ਪੁਰਾਣੀ ਚਰਚ ਹੈ, ਇੱਥੇ ਇਸਨੂੰ 12ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀਗਾ, 1250 ਈਸਵੀ ਵਿੱਚ ਬਣਾਇਆ ਗਿਆ ਸੀ। ਕਾਫੀ ਪੁਰਾਣੀ ਬਿਲਡਿੰਗ ਹੈ, ਹਿਸਟੋਰੀਕਲ ਬਿਲਡਿੰਗ ਹੈ, ਅਤੇ 1250 ਤੋਂ ਬਾਅਦ ਇਸਨੂੰ ਕਈ ਵਾਰ ਰੀਬਿਲਟ ਕੀਤਾ ਗਿਆ ਕਿਉਂਕਿ ਸਟਰਕਚਰ ਪੁਰਾਣਾ ਹੋ ਗਿਆ ਸੀਗਾ, ਅਤੇ ਇੱਕ ਵਾਰ ਇਹਦੀ ਛੱਤ ਵੀ ਗਿਰ ਗਈ ਸੀ ਛੋਟੇ ਬੱਚੇ ਦੇ ਉੱਤੇ, ਅਤੇ ਬੱਚੇ ਦੀ ਮੌਤ ਹੋ ਗਈ ਸੀ, ਬੱਚਾ ਸਿਰਫ 16 ਮਹੀਨੇ ਦਾ ਸੀਗਾ। ਉਸ ਤੋਂ ਬਾਅਦ ਇਸਨੂੰ ਕਾਫੀ ਇਸ ਤੋਂ ਬਾਅਦ ਇਸਨੂੰ ਬਣਾਇਆ ਗਿਆ, ਕੁਛ ਨਵੀਂ ਕੰਸਟਰਕਸ਼ਨ ਕੀਤੀ ਗਈ, ਅਤੇ ਕੰਸਟਰਕਸ਼ਨ ਕਰਨ ਤੋਂ ਬਾਅਦ ਬਾਹਰੋਂ ਤਾਂ ਤੁਹਾਨੂੰ ਚਰਚ ਦਿਖਾਤੀ ਆ ਪ੍ਰੋਪਰ, ਅਤੇ ਆਇਓ ਹੁਣ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਚਰਚ ਕਿਵੇਂ ਦੀ ਆ, ਮੈਂ ਵੀ ਵੇਖ ਲਾਂ ਅੰਦਰ। ਕਾਫੀ ਵੈਸੇ ਸੋਹਣੀਆਂ ਪੇਂਟਿੰਗ ਵਗੈਰਾ ਮੈਂ ਸੁਣਿਆ ਕਿ ਅੰਦਰ ਕਾਫੀ ਪੇਂਟਿੰਗ ਵਗੈਰਾ ਨੇ ਵਧੀਆ, ਅਤੇ ਦਿਖਾਉਂਦੇ ਤੁਹਾਨੂੰ ਅੰਦਰੋਂ ਕਿਵੇਂ ਦੀ ਚਰਚ। Thank you.
ਚਰਚ ਤੁਹਾਨੂੰ ਦਿਖਾਤੀ ਆ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਕਿਲੇ ਤੇ ਕਿਲਾ ਦਿਖਾਉਂਦੇ ਆ ਤੁਹਾਨੂੰ ਗੋਲਡਿੰਗਸ। ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ। ਕਿਲਾ ਜ਼ਿਆਦਾ ਦੂਰ ਨਹੀਂ ਹੈਗਾ ਚਰਚ ਤੋਂ, ਨਾਲ ਹੀ ਹੈ ਕਿਲਾ। ਦਿਖਾਉਂਦੇ ਆ ਜੀ ਗੋਲਡਿੰਗਸ। ਤੇ 13th ਸੈਂਚਰੀ ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ। ਕਿਸੇ ਟਾਈਮ ਇਹ ਰੋਇਲ ਰੈਜੀਡੈਂਸੀ ਹੁੰਦੀ ਸੀਗੀ, ਜਿਸ ਨੂੰ ਬਣਾਇਆ ਗਿਆ ਸੀ ਕੋਲਡਿੰਗ ਸਿਟੀ ਨੂੰ ਪ੍ਰੋਟੈਕਟ ਕਰਨ ਲਈ। ਜਿਹੜੇ ਵੀ ਹਮਲੇ ਹੁੰਦੇ ਸੀ ਕੋਲਡਿੰਗ ਸਿਟੀ ਦੇ ਉੱਤੇ, ਉਸਨੂੰ ਪ੍ਰੋਟੈਕਟ ਕਰਨ ਲਈ ਇਸਨੂੰ ਬਣਾਇਆ ਗਿਆ ਸੀ ਕਿਲੇ ਨੂੰ। ਅਤੇ ਅੱਜ ਕੱਲ੍ਹ ਇਹ ਇੱਕ ਮਿਊਜ਼ੀਅਮ ਹੈ, ਕਾਫੀ ਸਮਾਨ ਪਿਆ ਪੁਰਾਣਾ ਇੱਥੇ ਅੰਦਰ। ਅੱਜ ਆਪਾਂ ਦੇਖਦੇ ਹਾਂ ਜੇ ਅੰਦਰ ਜਾ ਸਕਦੇ ਤਾਂ ਤੁਹਾਨੂੰ ਅੰਦਰ ਵੀ ਵਿਖਾਉਂਦੇ ਹਾਂ। ਇਸ ਕਿਲੇ ਨੂੰ ਵੀ ਕਾਫੀ ਵਾਰੀ ਰੀਸਟੋਰ ਕੀਤਾ ਗਿਆ, ਦੁਬਾਰਾ ਬਣਾਇਆ ਗਿਆ ਰਿਪੇਅਰ ਵਗੈਰਾ ਕਰਕੇ, ਕਿਉਂਕਿ ਕਾਫੀ ਪੁਰਾਣਾ ਹੋ ਗਿਆ ਸੀਗਾ। ਜਿਵੇਂ ਤੁਸੀਂ ਦੇਖ ਰਹੇ ਹੋ ਕੰਧਾਂ ਦੇ ਉੱਤੇ ਕਾਫੀ ਰਿਪੇਅਰ ਵਗੈਰਾ ਹੋਈ ਸੀ। ਅਜੇ ਨਿਊ ਈਅਰ ਅਤੇ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਇੱਥੇ ਕਾਫੀ ਵਧੀਆ ਆਤਿਸ਼ਬਾਜ਼ੀ ਹੁੰਦੀ ਹੈ, ਕਾਫੀ ਰੌਣਕ ਹੁੰਦੀ ਹੈ ਅਤੇ ਸਾਰੇ ਲੋਕ ਇੱਥੇ ਆ ਕੇ ਖੜ੍ਹ ਜਾਂਦੇ ਅਤੇ ਆਤਿਸ਼ਬਾਜ਼ੀ ਦੇਖਦੇ ਆ। ਬੜਾ ਵਧੀਆ ਸੀਨ ਹੁੰਦਾ ਉਸ ਟਾਈਮ, ਸਾਰੀ ਕੋਲਡ ਡਰਿੰਕ ਸਿਟੀ ਇੱਕ ਥਾਂ 'ਤੇ ਇੱਥੇ ਆ ਕੇ ਖੜ੍ਹ ਜਾਂਦੇ ਆ ਅਤੇ ਆਤਿਸ਼ਬਾਜ਼ੀ ਦੇਖਦੇ ਆ ਅਤੇ ਇੰਜੋਏ ਕਰਦੇ ਆਪਣਾ। ਇੱਥੇ ਲੇਕ ਹੈ ਛੋਟੀ ਜੀ ਅਤੇ ਕਾਫੀ ਸੋਹਣਾ ਲੱਗਦਾ। ਕੋਲਡਿੰਗ ਹਾਊਸ ਦੇ ਬਿਲਕੁਲ ਸਾਹਮਣੇ ਆ ਇਹ, ਜਿਹੜਾ ਕਿਲਾ ਤੁਹਾਨੂੰ ਦਿਖਾਇਆ ਮੈਂ ਉਹਦੇ ਬਿਲਕੁਲ ਸਾਹਮਣੇ ਆ ਲੇਕ। ਅਤੇ ਇੱਥੇ ਲੋਕ ਆ ਕੇ ਬਹਿੰਦੇ ਆ, ਹੰਸ ਵਗੈਰਾ ਬੱਤਖਾਂ ਵਗੈਰਾ ਆਪਣਾ ਤੈਰ ਰਹੀਆਂ ਹੁੰਦੀਆਂ ਨੇ ਮਜ਼ੇ ਨਾਲ, ਅਤੇ ਕਾਫੀ ਸੋਹਣੀਆਂ ਲੱਗਦੀਆਂ ਤੈਰਦੀਆਂ ਹੋਈਆਂ। ਅਤੇ ਵਿਊ ਕਾਫੀ ਸੋਹਣਾ, ਕਈ ਵਾਰ ਮੈਂ ਵੀ ਇੱਥੇ ਆ ਕੇ ਬਹਿ ਜਾਂਦਾ ਉਹਨਾਂ ਟਾਈਮ ਸਪੈਂਡ ਕਰਨ ਲਈ, ਅਤੇ ਕਾਫੀ ਮਾਇੰਡ ਕਾਫੀ ਰਿਲੈਕਸ ਹੁੰਦਾ ਇੱਥੇ ਬਹਿ ਕੇ। ਆ ਲੱਗੇ ਹੋਏ ਆ ਗੋਰੇ ਖੇਡਣ, ਇਹਨਾਂ ਲਈ ਵਿਚਾਰਿਆਂ ਲਈ ਧੁੱਪ ਨਸੀਬ ਔਖੀ ਹੁੰਦੀ ਹੈ, ਅਤੇ ਵਾਰਮ ਵੈਦਰ ਕਾਫੀ ਔਖਾ ਹੀ ਮਿਲਦਾ ਇਹਨਾਂ ਨੂੰ ਵੇਖਣ ਨੂੰ। ਹੁਣ ਸਾਰੇ ਬਾਹਰ ਆਉਣਾ ਸਟਾਰਟ ਹੋ ਗਿਆ ਕਿਉਂਕਿ ਗਰਮੀਆਂ ਦੀ ਸ਼ੁਰੂਆਤ ਹੈ, ਅਤੇ ਵੈਦਰ ਥੋੜ੍ਹਾ ਜਿਹਾ ਵਾਰਮ ਹੋ ਰਿਹਾ, ਅਤੇ ਸਾਰੇ ਹੁਣ ਧੁੱਪ ਸਿੱਕਣ ਅਤੇ ਆਪਣਾ ਇੰਜੋਏਮੈਂਟ ਕਰਨ ਬਾਹਰ ਨਿਕਲੇ ਹੋਏ। ਬੱਤਖਾਂ ਬੁਤਖਾਂ ਇੱਥੇ ਜਿਹੜੀਆਂ ਇਵੇਂ ਫਰੀ ਘੁੰਮਦੀਆਂ ਨੇ। ਇੰਡੀਆ 'ਚ ਹੁੰਦੇ ਤਾਂ ਇਹਨਾਂ ਨੂੰ ਕੁੱਕਰ 'ਚ ਪਾ ਕੇ ਸੀਟੀ ਮਾਰ ਦੇਣੀ ਸੀ ਲੋਕਾਂ ਨੇ। ਵਧੀਆ ਬੱਤਖਾਂ ਤੁਸੀਂ ਗਰਮਾਕ ਆ ਗਈਆਂ, ਅਤੇ ਜ਼ਿੰਦਗੀ ਸੁੱਟੀ ਨਜ਼ਾਰੇ ਨਾਲ ਉੱਥੇ ਕੱਟ ਰਹੀ ਹੈ। ਇਹ ਤਾਂ ਇੰਡੀਆ 'ਚ ਤੁਸੀਂ ਢਿੱਡ 'ਚ ਹੀ ਹੋਣੇ ਸੀ ਪੰਜਾਬੀਆਂ ਦੇ। ਹਾਂ ਇਹ ਸੀ ਅੱਜ ਦਾ ਵਲੋਗ।
घर जाने का टाइम आ गया। वीडियो थोनू किवें दी लगी कमेंट के जरूर दस्यो, तो लाइक कमेंट जरूर करो, तो मिलते हैं नैक्सट वीडियो के उदों तक तुसीं सारे अपना ध्यान रखियो। Or I won't forget this. Why do I regret this? In my mind, reckless thoughts are feeling endless. Sitting up, I'm breathless. Anxiety's infectious. I feel so defenseless, betrayed.